ਹੈਲੋ ਗਾਈਸ, ਵੈਲਕਮ ਟੂ ਮਾਈ ਯੂਟਿਊਬ ਚੈਨਲ। ਆਸਾ ਕਰਦੇ ਹਾਂ ਕਿ ਸਾਰੇ ਘੈਂਟ ਹੋਣਗੇ, ਸਵਸਥ ਹੋਣਗੇ, ਮੌਜੇ 'ਚ ਆਉਣਗੇ ਅਤੇ ਉੱਠ ਗਏ ਹੋਣਗੇ। ਹੋਰ ਸੁਣਾਓ, ਕਿੱਦਾਂ ਹੋ ਸਾਰੇ? ਚਾਹ ਪਾਣੀ ਪੀ ਲਿਆ? ਅਤੇ ਮੈਂ ਤਾਂ ਪੀ ਲਿਆ। ਮੈਂ ਟਾਈਮ ਤਾਂ ਲਾਤਾ ਜ਼ਿਆਦਾ ਕਿਉਂਕਿ ਰਾਤ ਵੀਡੀਓ ਐਡੀਟਿੰਗ ਕਰਕੇ ਪਾਈ ਨਹੀਂ ਸੀਗੀ, ਐਡੀਟਿੰਗ ਕਰਕੇ ਰੱਖ ਲਈ ਸੀ, ਮੈਂ ਅਪਲੋਡ 'ਤੇ ਕੱਲ੍ਹ ਲਾਤੀ ਸੀ, ਉਹ ਹੋਈ ਨਹੀਂ। ਅਤੇ ਹੁਣ ਅਪਲੋਡ ਕੀਤੀ ਹੈ ਅਤੇ ਹੁਣ ਵਲੋਗ ਪਾਇਆ। ਜਿਨ੍ਹਾਂ ਨੇ ਹਾਲੇ ਤੱਕ ਨਹੀਂ ਵੇਖਿਆ ਵਲੋਗ ਆਪਣਾ, ਜ਼ਰੂਰ ਜਾ ਕੇ ਵੇਖਿਓ, ਇੰਟਰਸਟਿੰਗ ਹੈ, ਪੂਰਾ ਮੌਜ ਅਤੇ ਮਸਤੀ ਵਾਲਾ ਨਜ਼ਾਰੇ ਆ। ਆਪਾਂ ਕੱਲ੍ਹ ਬਲੱਡ ਦਾਨ ਕਰਕੇ ਆਏ, ਉਹ ਵੀ ਵੇਖਿਓ, ਅਤੇ ਰਾਵਲਾ ਮੰਡੀ 'ਚ ਕੱਲ੍ਹ ਵਿਸਾਖੀ ਦਾ ਪ੍ਰੋਗਰਾਮ ਸੀਗਾ, ਉਹਨਾਂ ਉਹ ਵੀ ਜ਼ਰੂਰ ਵੇਖਿਓ। ਕੱਲ੍ਹ ਦਾ ਮੌਸਮ ਵੀ ਬਹੁਤ ਭਿਆਨਕ ਚੱਲ ਰਿਹਾ, ਬਰਸਾਤ, ਫੁੱਲ ਬਰਸਾਤ ਚੱਲ ਰਹੀ ਹੈ, ਫੁੱਲ ਬਿਜਲੀ ਵਾਲਾ ਚੱਲ ਰਿਹਾ, ਬਿਜਲੀ ਵੀ ਡਿੱਗੀ ਹੈ ਦੋ ਤਿੰਨ ਥਾਂ 'ਤੇ। ਅਤੇ ਕੱਲ੍ਹ ਤੁਹਾਨੂੰ ਦੱਸਿਆ ਸੀ ਜਿਵੇਂ ਇੱਕ ਬੱਚੇ 'ਤੇ ਡਿੱਗੀ ਹੈ, ਅਤੇ ਇੱਕ ਦੋ ਥਾਂ 'ਤੇ ਹੋਰ ਡਿੱਗੀ ਹੈ, ਕਿ ਇੱਥੇ ਆਪਣੇ ਨੇੜੇ ਹੀ ਤਕਰੀਬਨ ਕੋਈ ਇੱਕ ਦੋ ਉਮਰ ਇੱਕ ਕਿਲੋਮੀਟਰ 'ਤੇ ਨਾਲ ਹੀ ਉੱਥੇ ਵੀ ਡਿੱਗੀ ਹੈ ਕਿਸੇ ਦੇ ਖੇਤ ਵਿੱਚ, ਇੱਕ ਕੱਲ੍ਹ ਕਿਸੇ ਦੇ ਉੱਥੇ ਕੋਈ ਤਿੰਨ ਚਾਰ ਕਿਲੋਮੀਟਰ ਦੂਰ ਉੱਥੇ ਵੀ ਡਿੱਗੀ ਹੈ, ਉੱਥੇ ਕੋਈ ਜੰਡ 'ਤੇ ਡਿੱਗੀ ਹੈ, ਜੋ ਵਰਕਸ਼ ਹੁੰਦਾ ਨਾ ਜੰਡ ਦਾ, ਖੇਜੜੀ ਜਿਹਨੂੰ ਕਹਿੰਦੇ ਆ, ਉਹਦੇ 'ਤੇ ਡਿੱਗੀ ਹੈ। ਅਤੇ ਅੱਜ ਦਾ ਮੌਸਮ ਦੇ ਦਰਸ਼ਨ ਕਰੋ ਪਹਿਲਾਂ। ਮੌਸਮ ਪੂਰਾ ਕਿਊਟ ਹੈ, ਬੱਦਲ ਪੂਰਾ, ਹਾਲੇ ਮੀਂਹ ਚੱਲ ਰਿਹਾ ਥੋੜ੍ਹਾ 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 ਥੋੜ੍ਹਾ। ਮੌਸਮ ਬਹੁਤ ਘੈਂਟ ਹੈ, ਪਾਣੀ ਵੇਖੋ ਕਿੰਨਾ ਖੜਾ, ਹਾਏ ਹਾਏ। ਮੌਸਮ ਦੇ ਤਾਂ ਨਜ਼ਾਰਾ ਹੀ ਹੈ, ਬੱਦਲ ਫੁੱਲ ਬੱਦਲ ਹੈ ਫੁੱਲ। ਅੱਜ ਸਵੇਰੇ ਅਚਾਨਕ ਹੀ ਬਾਰਿਸ਼ ਆ ਗਈ, ਸਵੇਰੇ ਤਕਰੀਬਨ 6:30 ਵਜੇ ਬਾਰਿਸ਼, ਕੱਲ੍ਹ ਰਾਤ ਵੀ ਬਾਰਿਸ਼ ਆਈ ਹੈ, ਸਵੇਰੇ ਵੀ ਆ ਗਈ। ਕੱਲ੍ਹ ਰਾਤ ਆ ਕੇ ਮੈਂ ਸੌਂ ਗਿਆ ਸੀ। ਅਤੇ ਹੋਰ ਸੁਣਾਓ, ਕਿੱਦਾਂ ਹੋ ਸਾਰੇ, ਕੀ ਕਰ ਰਹੇ ਹੋ? ਅਸੀਂ ਤਾਂ ਕੁਝ ਨਹੀਂ ਕਰ ਰਹੇ, ਬਚਾਅ ਕਰ ਰਹੇ ਹਾਂ ਵੀ ਡਿੱਗ ਨਾ ਜਾਈਏ, ਤਿਲਕਣ ਹੋ ਗਈ। ਕੀ ਮਿਲਾਉਣੇ ਹਾਂ ਆਪਾਂ ਪਰਿਵਾਰ ਨਾਲ? ਇੱਕ ਸਾਡਾ ਮਾਲਕ ਇੱਥੇ ਸੁੱਤਾ ਪਿਆ, ਜਿਹੜਾ ਰਾਤ ਨਾ ਨਾ ਕੇ ਮੀਂਹ 'ਚ। ਸਤਿ ਸ਼੍ਰੀ ਅਕਾਲ। ਅਤੇ ਹੁਣ ਠੰਡ ਲੱਗਦੀ ਹੈ। ਮੰਮੀ ਹੈ ਉੱਧਰ ਬਰਤਨ ਵਾਲੇ ਪਾਸੇ, ਇੱਕ ਸਾਹਿਬ ਜੀ ਆ ਰਹੇ, ਬਾਏ ਟਾਈਮ ਨਾਲ ਹੀ ਬਾਏ, ਇਹ ਤਾਂ ਹੁਣ ਸਟਾਰਟਿੰਗ ਕੀਤੀ ਹੈ। ਸਤਿ ਸ਼੍ਰੀ ਅਕਾਲ ਬੁਲਾਓ, ਅਤੇ ਮੰਮੀ ਕੋਲ ਚੱਲਦੇ ਹਾਂ। ਆਹੋ, ਤਿਲਕਣ ਦਾ ਵੀ ਡਰ ਹੈ ਬਾਈ, ਬੁਲਾਓ ਮੰਮੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਦਾਤੀਆਂ ਲੈ ਕੇ ਕਣਕ ਨੂੰ ਲੱਗੋ ਨਾਲ। ਕਿਆ ਬਾਤ ਹੈ ਮੰਮੀ, ਤਾਂ ਸਿਰਾ ਓਏ ਸਾਰੀ, ਕਿਵੇਂ ਸਾਡੀ ਬੱਕਰੀ ਵੇਖੋ ਇਕੱਠੀ ਇਕੱਠੀ ਆਉਂਦੀ ਹੈ, ਕਿਵੇਂ ਠੰਡ ਲੱਗਦੀ ਹੈ ਨਾ, ਠੰਡ ਲੱਗਦੀ ਹੈ। ਹਾਂ, ਨਮਸਤੇ ਬੁਲਾ ਦੇ, ਨਮਸਤੇ, ਸਤਿ ਸ਼੍ਰੀ ਅਕਾਲ ਬੁਲਾ ਦੇ, ਤੂੰ ਬੁਲਾ ਦੇ। ਸਾਡੀ ਬਿੱਲੀ ਵੀ ਸੋਈ ਹੈ, ਤੁਹਾਨੂੰ ਬਿੱਲੀ ਵਿਖਾਉਣੇ। ਕਿਹਨੂੰ ਬਿੱਲੀ ਦੁੱਧ ਪਾਇਆ ਤਾਂ? ਪਾਇਆ ਤਾਂ, ਪੀਤਾ ਕੋ ਨਹੀਂ ਸੀ। ਮਾਣੂ, ਟਿੰਕੂ ਆ ਜਾ, ਟਿੰਕੂ ਹੁਣ ਦੇਖੋ ਆ ਜਾ। ਮਾਣੂ, ਚਮੜੇ ਪੈਣ, ਹੋਰ ਇਹ ਬੱਚੇ ਦੁੱਧ ਪੀਵਣ ਦੇ ਸੰਤ ਪੀਸੀ, ਇਹਨੇ ਦੁੱਧ ਕਿਹੜੀਆਂ ਪੈ ਗਿਆ ਸੰਗੀ, ਪੀ ਲੋ ਦੁੱਧ, ਪੀ ਲਾ ਦੁੱਧ, ਪੀ ਲਾ, ਲੋਕਾਂ ਨੂੰ ਮਿਲਦਾ, ਪੀ ਲਾ ਦੁੱਧ, ਠੰਡ 'ਚ ਬਾਹਰ ਕੱਢ। ਹਾਂ, ਬੈਠੀ ਰਹੀ, ਠੰਡ ਬਹੁਤ ਹੈ ਬਾਹਰ। ਤੂੰ ਕਿਵੇਂ, ਅੱਖਾਂ ਵੇਖੋ ਇਹਦੀਆਂ, ਪੂਰੀਆਂ ਪੂਰੀਆਂ ਜਿਵੇਂ ਬਾਂਟੇ ਹੁੰਦੇ ਆ। ਤੂੰ ਕੀ ਲੈਣਾ? ਸ਼ੇਅਰ ਕਰੋ ਵੀ, ਦਾਦੀਆਂ ਲੈ ਕੇ ਕਣਕ ਨੂੰ ਲੱਗੋ ਮਾਲਕ। ਆਹੋ, ਜਿਨ੍ਹਾਂ ਦੀ ਕਣਕ ਰਹਿ ਗਈ ਹੈ ਜੀ ਵੱਢਣ ਵਾਲੀ ਕੱਢਣ ਵਾਲੀ, ਉਹ ਤਾਂ ਪਹਿਲਾਂ ਕੰਮ ਵੱਢਣ ਕੱਢਣ ਵਾਲਾ ਕਰੋ ਬਾਈ, ਉਹਨਾਂ ਲਈ ਤਾਂ ਨੁਕਸਾਨ, ਉਹਨਾਂ ਲਈ ਤਾਂ ਬਈ ਅੱਜ ਨੁਕਸਾਨ ਹੀ ਹੈ ਜਿਨ੍ਹਾਂ ਦਾ ਹਾਲੇ, ਸਾਡੇ ਪੜੋਸੀਆਂ ਦੀ ਹਾਲੇ। ਇਹ ਮੰਮੀ ਇਹਨਾਂ ਦੀ ਵੱਢੀ ਗਈ ਕਿ ਕਣਕ? ਇਹਨਾਂ ਦੀ ਮੈਨੂੰ ਲੱਗਦਾ ਜੀ ਵੱਢੀ ਵੀ ਨਹੀਂ ਗਈ, ਅਤੇ ਜੇ ਵੱਢੀ ਗਈ ਤਾਂ ਫਿਰ ਕੱਢੀ ਨਹੀਂ ਗਈ ਇਹਨਾਂ ਲਈ ਤਾਂ, ਹੈ। ਆਹੋ, ਕੱਢਣ ਵਾਲੀ ਤਾਂ ਸਾਰਿਆਂ ਦੀ ਪਈ ਹੈ, ਪਰ ਵੱਢਣ ਵਾਲੀ ਵੀ ਪਈ ਹੈ ਕਈਆਂ ਦੀ, ਬਾਕੀ ਲਗਭਗ ਤਾਂ ਕਈਆਂ ਦੀ ਵੱਢੀਆਂ ਗਈਆਂ, ਕਿਉਂਕਿ ਇੱਥੇ ਕੰਪੈਨਾਂ ਵਗੈਰਾ ਲਾ ਰੱਖੀਆਂ ਨੇ ਸਾਰਿਆਂ ਨੇ। ਆ ਰਿਹਾ ਕੁਛ, ਤੁਰਨਾ ਵੀ ਧਿਆਨ ਨਾਲ ਪੈਂਦਾ, ਪਾਣੀ ਕੱਢੀਏ ਤੇ। ਮੌਸਮ ਪੂਰਾ ਘੈਂਟ ਹੈ, ਪੂਰਾ ਪਾਣੀ ਖੜ ਗਿਆ ਇੱਥੇ, ਆ ਵੇਖ ਮੈਂ ਇੱਥੇ ਡਿੱਗਣ ਲੱਗਿਆ ਸੀ। ਡਿੱਗਣ ਵਾਲਾ ਹੀ ਚਰੋਲਾ ਹੈ, ਤਾਂ ਤੁਹਾਨੂੰ ਬਾਹਰ ਨਹੀਂ ਨਿਕਲਣ ਦਿੰਦੀ, ਡੇਰਗੀ ਪਾਉਣਾ ਕਮਲੀ ਜੀ। ਸਹੀ ਹੈ, ਰਾਤ ਮੈਂ ਖਾਲੀ ਸਾਫ਼ ਕਰਕੇ ਗਈ ਹਾਂ, ਕਿ ਰਾਤੀ ਜ਼ਿਆਦਾ ਬਰਸਾਤ ਆ ਜਾਂਦੀ। ਉਹਦੇ ਚ ਹੀ ਹੋਣਾ ਖੱਡੇ ਚ ਪਾਣੀ, ਖੱਡੇ ਚ ਕੋਈ ਹੈ ਨੀਗਾ, ਪੱਠੇ ਵਧੀਆ ਹੋ ਜਾਣਗੇ ਆਪਣੇ ਨਾ। ਨਿੰਮ ਵੇਖੋ,
ਬਕੈਣ ਜਿਹਨੂੰ ਕਹਿੰਦੇ ਬਕੈਣ, ਪੂਰੀ ਛੱਤਰੀ ਬਣ ਗਈ, ਥੋੜ੍ਹਾ ਹੋਰ ਵੱਡੀ ਹੋ ਗਈ ਨਾ 6 ਮਹੀਨਿਆਂ ਨੂੰ, ਪੂਰੀ ਵਧੀਆ ਬਣ ਜਾਣੀ ਹੈ ਨਾ ਮੰਮੀ। ਦੋ ਨਹੀਂ ਮਾਰੀਆਂ, ਇੱਕ ਵਾਰੀ 3, ਇੱਕ ਆ ਬਕੈਣ ਹੈ 4, ਮਜ਼ਾ ਆ ਜਾਊਗਾ 4 ਹੋ ਜਾਣ ਦਾ। ਬਾਕੀ ਪੱਠੇ ਆ ਇੰਨੇ ਕੁ ਲਾਏ ਆ ਇੱਥੇ ਇੱਥੇ। ਅੱਛਾ ਹੁਣ 1.5 ਸਾਲ ਦੀ ਹੋ ਗਈ ਹੈ, 2 ਸਾਲਾਂ ਦੀ ਹੋ ਗਈ ਤੇ ਫਿਰ 2 ਮੰਜੇ ਵਧੀਆ ਆ ਜਾਣਗੇ ਨਾ। ਬਾਹਰ ਦਾ ਮੌਸਮ ਆ ਹੈ, ਗਲੀਆਂ 'ਚ ਵੀ ਪਾਣੀ ਖੜਾ, ਇੱਧਰ ਵੀ ਮੌਸਮ ਪੂਰਾ ਘੈਂਟ ਹੈ ਪੂਰਾ। ਲਓ ਜੀ ਗਾਈਜ਼, ਛੱਤਰੀ, ਪਰ ਇਹ ਛੱਤਰੀ ਕੋਈ ਆਮ ਛੱਤਰੀ ਨਹੀਂ ਹੈ, ਛੱਤਰੀ ਤਾਂ ਛੱਤਰੀ ਹੈ ਪਰ ਇਹਦੇ ਵਿੱਚ ਖਾਸੀਅਤ ਆ ਹੈ ਕਿ ਇਹ ਮੇਰੇ ਜਨਮ ਦੀ ਹੈ। ਇਹਨੂੰ 25 ਸਾਲ ਹੋ ਗਏ, 25 ਸਾਲ ਦਾ ਮੈਂ, 24 ਸਾਲ ਦਾ ਹੋ ਗਿਆ, 25ਵਾਂ ਸਾਲ ਲੱਗਿਆ ਹੋਇਆ, 24 ਸਾਲ ਹੋ ਗਏ ਇਸ ਛੱਤਰੀ ਨੂੰ। ਇਹ ਨਾਨੀ ਨੇ ਗਿਫਟ ਕੀਤੀ ਸੀ ਅਤੇ ਰੱਖ ਰੱਖੀ ਹਾਲੇ, ਇਹਨੂੰ ਖੋਲ੍ਹ ਕੇ ਵਿਖਾਉਂਦੇ ਤੁਹਾਨੂੰ। ਆ ਲਓ ਜੀ, ਖੋਲੀ ਖੋਲੀ ਛੱਤਰੀ, ਖੋਲੀ ਛੱਤਰੀ ਕਿਹੇ ਟਾਇਆ ਜਾ, ਅੰਦਰ ਜਾਂਦੀ ਨਹੀਂ, ਐਂ ਵਗ ਜੂਗੀ, ਸਾਥ ਨਹੀਂ ਆਈ ਇਹਦੀ। ਲਓ ਜੀ, ਮਿਰਚਾਂ ਨੂੰ ਕੀ ਕਰ ਰਹੇ ਆ, ਕੀ ਕਹਿੰਦੇ ਇਹਨੂੰ, ਫਰਾਈ, ਮਿਰਚਾਂ ਫਰਾਈ ਹੋ ਰਹੀਆਂ ਜੀ, ਮਜ਼ਾ ਆ ਜੂਗਾ ਅੱਜ। ਤੜਕੀਆਂ ਤਲੀਆਂ ਫਰਾਈ, ਬੜੇ ਨਾਮ ਹੈ ਇਹਦੇ, ਮੈਂ ਆਪਦੇ ਪੁੱਤਰ ਨੂੰ ਗਿਫਟ ਕਰੂੰਗਾ, ਮੈਨੂੰ ਮੇਰੀ ਨਾਨੀ ਨੇ ਕੀਤੀ ਹੈ, ਮੈਂ ਮੇਰੇ ਪੁੱਤਰ ਨੂੰ ਕਰੂੰਗਾ ਗਿਫਟ, ਹੈਪੀ ਬਰਥਡੇ ਟੂ ਯੂ। ਚਲੋ ਚਲੀਏ ਘੁੰਮਣ, ਚਲੋ ਚਲੀਏ, ਸੜ ਜਾਣ ਆਂਦੀ, ਘੁੰਮਣ ਚਲੀਏ। ਮੰਮੀ ਇਹ ਨਾਨੀ ਨੇ ਦਿੱਤੀ ਹੈ, ਪੜਨਾਨੀ ਤੇਰੀ ਨਾਨੀ ਨੇ ਦਿੱਤੀ ਹੈ ਕਿ ਮੇਰੀ ਨਾਨੀ ਨੇ? ਤੇਰੀ ਨਾਨੀ ਨੇ ਦਿੱਤੀ ਹੈ, ਤੇਰੇ ਜਨਮ ਦੀ ਹੈ। ਅੱਛਾ, ਮੇਰੇ ਜਨਮ ਦੀ ਹੈ, ਮੇਰੀ ਨਾਨੀ ਨੇ ਦਿੱਤੀ ਹੈ, ਕਿਆ ਬਾਤ, 24 ਸਾਲ ਹੋ ਗਏ ਹੈ, 25ਵਾਂ ਸਾਲ ਲੱਗ ਗਿਆ ਮੈਨੂੰ। ਨਾਨੀ ਨੇ ਮੈਨੂੰ ਗਿਫਟ ਕੀਤੀ ਹੈ ਇਹ ਛੱਤਰੀ ਨੂੰ, ਕਰੀਮਾਂ ਦੇ ਜਨਮ ਤੋਂ ਬਾਅਦ ਵੀ ਯੂਜ਼ ਕੀਤੀ ਹੈ ਇਹਨੂੰ, ਬਾਜ਼ਾਰ ਵਗੈਰਾ ਜਾਂਦੇ ਹੈ ਤਾਂ ਲੈ ਕੇ ਜਾਂਦੇ ਹੈ, ਬਾਕੀ ਹੁਣ ਪਈ ਹੈ, ਹੁਣ ਹੈਗਾ ਮੈਂ ਆਪਦੇ ਜਵਾਕਾਂ ਨੂੰ ਦੇਵਾਂ ਗਿਫਟ ਕਰਾਂ। ਗਾਇਜ਼ ਬਹੁਤ ਅੱਛਾ ਮੌਸਮ, ਪੜੋਸੀ ਸਾਡੇ ਸਾਰੇ ਵਹਿੰਦੇ ਹੈ। ਲਓ ਜੀ, ਰੋਟੀ ਦੀ ਤਿਆਰੀ ਹੈ। ਲਓ ਜੀ, ਮੰਮੀ ਚੱਲੀ ਹੈ ਨਰੇਗਾ ਤੇ, ਚਾਵਲ ਪੈਣ ਪਹਿਲਾਂ ਤੂੰ ਖਾ। ਲਓ ਪਹਿਲਾਂ ਆਪਾਂ ਚਾਵਲ ਖਾਂਦੇ ਹਾਂ, ਫਿਰ ਆਪਾਂ ਰੋਟੀ ਖਾਈਏ। ਲੱਸੀ ਹੈਗੀ? ਦਹੀਂ ਦਹੀਂ ਪਾ ਕੇ ਖਾ ਲਾਂਗੇ ਨਾ। ਮੰਮੀ ਚੱਲੀ ਹੈ, ਇੰਨੀ ਕੁ ਨਹੀਂ, ਥੋੜ੍ਹੀ ਜਿਹੀ। ਕਰੀਮਾ ਕਿੱਧਰ ਗਈ? ਦੁੱਧ ਲੈਣ ਗਈ। ਲਓ ਕੁਛ ਤਾਂ ਆਪਾਂ ਖਾਈਏ, ਚਾਵਲ ਪਏ, ਚਾਵਲ ਖਾਂਦੇ ਹਾਂ, ਦਹੀਂ ਪਾ ਲੈਂਦੇ ਹਾਂ, ਮਜ਼ਾ। ਲਓ ਜੀ, ਚਾਵਲ ਤਿਆਰ ਹੈ, ਦਹੀਂ ਪਾ ਲਈਏ ਆਪਾਂ, ਕਿਆ ਬਾਤ ਹੈ, ਦੱਸ ਕਿਵੇਂ ਹੈ, ਸਹੀ ਹੈ, ਨਜ਼ਾਰਾ ਆ ਜਾਊਗਾ। ਆਹ ਗੰਢੇ ਪਾ ਕੇ ਜ਼ਿਆਦਾ ਸਵਾਦ ਲੱਗਦਾ ਨਾ ਸਿਰੋਂ। ਲਓ ਜੀ, ਪ੍ਰਸ਼ਾਦੇ ਤਿਆਰ ਹੈ, ਆ ਜਾਓ ਪ੍ਰਸ਼ਾਦੇ ਛਕਦੇ ਹਾਂ। ਪ੍ਰਸ਼ਾਦਿਆਂ ਵਿੱਚ ਹੈ ਜੀ ਰਾਤ ਵਾਲੀ ਸਬਜ਼ੀ ਟਮਾਟਰਾਂ ਦੀ, ਨਾਲ ਹੈ ਜੀ ਹਰੀਆਂ ਮਿਰਚਾਂ ਤਲੀਆਂ ਹੋਈਆਂ ਫਰਾਈ ਕੀਤੀਆਂ, ਪਿਆਜ਼ ਹੈ ਅਤੇ ਉਹ ਸੋਰੀ ਦਹੀਂ ਹੈ ਜੀ। ਆਹ ਕੀ ਕਰਤਾ ਮੈਂ, ਸਾਫ਼ ਕਰਦਾ ਮੈਂ। ਚਲੋ ਆ ਜਾਓ ਗਾਈ ਜੀ।
ਪ੍ਰਸ਼ਾਦੇ ਛਕ ਲੋ ਨਾਲ ਟੀਵੀ ਚੱਲ ਰਿਹਾ ਟੀਵੀ ਆਨੇ ਆ ਤੇ ਪ੍ਰਸ਼ਾਦੇ ਮੇਰੇ ਕੋਲ ਸਿੱਖ ਲੋ ਜਿਹਨੇ ਪ੍ਰਸ਼ਾਦੇ ਨਹੀਂ ਖਾਣੇ ਆਉਂਦੇ ਕੋਈ ਹਾਲ ਨਹੀਂ ਮੈਂ ਨਾ ਸਵੇਰ ਦਾ ਕੁਝ ਨਾ ਕੁਝ ਕਰੀ ਜਾਂਦਾ ਪ੍ਰਸ਼ਾਦਾ ਛਕ ਲਿਆ ਬਾਕੀ ਆਪਣੇ ਸਬਸਕ੍ਰਾਈਬਰ ਪਹੁੰਚ ਚੁੱਕੇ ਨੇ ਬੁਲਾਓ ਵੀ ਸਤਿ ਸ਼੍ਰੀ ਅਕਾਲ ਵਲੋਗ ਅੱਜ ਹੁਣ ਵੇਖ ਰਹੇ ਆ ਕੱਲ ਇਹਨਾਂ ਵਲੋਗ ਵੇਖਿਆ ਨਹੀਂ ਅੱਜ ਸਵੇਰੇ ਵੀ ਨਹੀਂ ਵੇਖਿਆ ਨਾ ਹੈਲੋ ਗਾਈਜ਼ ਕਿੱਦਾਂ ਸਾਰੇ ਟਾਈਮ ਹੋ ਗਿਆ ਜੀ 3:30 ਦਾ ਅਤੇ ਆਪਾਂ ਨਹਾ ਲਿਆ ਸਿਰ ਵੀ ਧੋ ਲਿਆ ਅੱਜ ਕੇਸ ਇਸ਼ਨਾਨ ਕੀਤਾ ਅਤੇ ਬਾਕੀ ਹੁਣ ਆਪਾਂ ਫਿਲਹਾਲ ਕਰ ਰਹੇ ਹਾਂ ਸਕੂਟਰੀ ਨੂੰ ਸਾਫ ਬਹੁਤ ਗੰਦੀ ਹੋ ਗਈ ਰੇਤਾ ਹੀ ਰੇਤਾ ਹੋ ਗਿਆ ਦੇਖੋ ਹਾਲ ਦੇਖੋ ਕੀ ਆ ਕਿੰਨਾ ਰੇਤਾ ਲੱਗਿਆ ਉਹ ਬੈਟਰੀਆਂ ਇਹਨੂੰ ਹੁਣ ਅੱਜ ਵਧੀਆ ਤਰ੍ਹਾਂ ਸਾਫ ਕਰ ਦਈਏ ਵੈਸੇ ਹੋ ਤਾਂ ਗੰਦੀ ਜਾਣੀ ਆ ਪਰ ਇੱਕ ਵਾਰ ਤਾਂ ਸਾਫ ਕਰੀਏ ਫਿਰ ਨਾ ਲਿਆ ਇੱਧਰ ਵੀ ਨਾ ਲਿਆ ਕੱਪੜੇ ਧੋਤੇ ਹੈਗੇ ਧੋਣੇ ਹੈਗੇ ਠੀਕ ਹੈ ਲਓ ਜੀ ਮੈਂ ਲੱਗਦਾ ਇਹਨੂੰ ਸਫਾਈ ਨੂੰ ਫਿਰ ਹੀ ਗੱਲ ਬਣੂਗੀ ਕਿਉਂਕਿ ਹੁਣ ਗੰਦੀ ਹੋਈ ਪਈ ਹੈ ਹੁਣ ਇੱਕ ਵਾਰੀ ਜੇ ਸਾਫ ਕਰਤੀ ਨਾ ਫਿਰ ਇੱਕ ਮਹੀਨਾ ਦੋ ਮਹੀਨੇ ਵਧੀਆ ਚੱਲ ਜੂਗੀ ਫਿਰ ਇੰਨੀ ਜ਼ਿਆਦਾ ਗੰਦੀ ਨਹੀਂ ਹੋਣੀ ਵੈਸੇ ਤਾਂ ਹੁਣ ਚਲੋ ਬਰਸਾਤਾਂ ਦਾ ਮੌਸਮ ਆ ਗਿਆ ਹੁਣ ਤਾਂ ਮਹੀਨੇ ਬਾਅਦ ਸਾਫ ਕਰਨੀ ਪੈਣੀ ਹੈ ਅਤੇ ਇਹਨੂੰ ਆਪਾਂ ਬਾਹਲੀ ਧੋਈਏ ਨਾ ਫਿਰ ਤੁਹਾਨੂੰ ਪਤਾ ਵੀ ਬੈਟਰੀਆਂ ਵਗੈਰਾ ਖਰਾਬ ਹੋ ਸਕਦੀਆਂ ਮੋਟਰ ਖਰਾਬ ਹੋ ਸਕਦੀ ਹੈ ਅਤੇ ਧੋਣੀ ਨਹੀਂ ਆਪਾਂ ਕੱਪੜੇ ਦੇ ਦੇ ਕੋਈ ਗੰਦੇ ਗੁੰਦੇ ਦੋ ਕੱਪੜੇ ਦੇ ਦੇ ਇੱਕ ਗਿੱਲਾ ਕਰਨਾ ਹੈ ਇੱਕ ਸੁੱਕੇ ਨਾਲ ਸਾਫ ਕਰਨਾ ਲਓ ਜੀ ਗਾਈਜ਼ ਤਿਆਰ ਹੈ ਆਪਾਂ ਹੁਣ ਤਿਆਰ ਕਰਦੇ ਹਾਂ ਇੱਧਰ ਟ੍ਰਾਈਪੋਡ ਲਾ ਲਿਆ ਆ ਉੱਤੇ ਲਾ ਕੇ ਅਤੇ ਫੋਨ ਲਾ ਦਾਂਗੇ ਬਾਕੀ ਮੈਂ ਕੱਪੜੇ ਲਿਆਇਆ ਸੀ ਆਹ ਕੱਪੜੇ ਲੈ ਕੇ ਆਇਆ ਹੁਣ ਕਰਦੇ ਹਾਂ ਆਪਾਂ ਸਫਾਈ ਪਹਿਲਾਂ ਟ੍ਰਾਈਪੋਡ ਲਾ ਲੈਂਦੇ ਹਾਂ ਲਓ ਜੀ ਆਹ ਲੱਗ ਗਿਆ ਹੁਣ ਫੋਨ ਆਪਾਂ ਇੱਥੇ ਲਾ ਲੈਣਾ ਲਓ ਜੀ ਹੁਣ ਆਪਾਂ ਕਰਦੇ ਹਾਂ ਸਫਾਈ ਪਹਿਲਾਂ ਸੁੱਕਾ ਕੱਪੜਾ ਮਾਰਦੇ ਹਾਂ ਇੱਥੇ ਨਹੀਂ ਰੱਖਣੀ ਅੰਦਰ ਰੱਖ ਕੇ ਜਾਣੀ ਹੈ ਉੱਧਰ ਤੇਰੇ ਭਾਬੀ ਨੇ ਕੱਪੜੇ ਧੋਣੇ ਆ ਉਹਦੇ 'ਚ ਪਾ ਦੇ ਕਿਹਦੇ 'ਚ ਪਾਉਣੇ ਟੱਪ ਉਹ ਟੱਪੇ 'ਚ ਪਾ ਦੇ ਲਓ ਜੀ ਗਾਈਜ਼ ਇੰਨੀ ਕੁ ਸਾਫ਼ ਹੋ ਗਈ ਹੈ ਅਤੇ ਪਸੀਨਾ ਬਹੁਤ ਆ ਗਿਆ ਗਰਮੀ ਬਹੁਤ ਜ਼ਿਆਦਾ ਹੈ ਫੜ ਦਿੰਦਾ ਬਸ ਆ ਗਈ ਇੰਨੀ ਕੁ ਗੱਲ ਤੂੰ ਕਮਜ਼ੋਰ ਸਮਝ ਨਹੀਂ ਗਏ ਜਵਾਕਾਂ ਨੂੰ ਹੈ ਮੈਂ ਕਮਜ਼ੋਰ ਹਾਂ ਤੂੰ ਤਾਂ ਕਮਜ਼ੋਰ ਹੈ ਉਹ ਕਮਜ਼ੋਰ ਨਹੀਂ ਹੈ ਨਾ ਲਓ ਜੀ ਗਾਈਜ਼ ਕੱਪੜਾ ਵੱਜ ਗਿਆ ਆਪਾਂ ਗਿੱਲਾ ਕੱਪੜਾ ਮਾਰਦੇ ਹਾਂ ਆਜੋ ਬੈਠੋ ਚਲੋ ਜੀ ਚਲੀਏ ਚਾਬੀ ਦੇ ਚਲੋ ਜੀ ਬਿਨਾ ਚਾਬੀ ਦੇ ਉਹ ਪਈ ਚਾਬੀ ਨਹੀਂ ਮੈਂ ਚਲਾ ਲਾ ਪਰ ਮੇਰੀ ਬਣਾ ਲਓ ਵੀਡੀਓ ਤੇਰੀ ਬਣਾਈ ਹੈ ਚਲਾਉਣ ਦੀ ਕਿਸੀ ਕੋ ਕਰਾਨੀ ਹੈ ਤੋ ਮੁਝੇ ਬਾਤ ਕਰ ਸਕਤੇ ਪੜੋਸੀ ਸਕੂਟਰੀ ਸਾਫ ਕਰਦੇ ਨੂੰ ਦੇਖ ਰਹੇ ਗਾਈ ਪੜੋਸੀ ਦੇਖੋ ਗਾਈ ਪੜੋਸੀ ਕੰਧਾਂ ਤੇ ਚੜ ਕੇ ਦੇਖ ਰਹੇ ਸਾਡਾ ਕਰਦਾ ਬੰਦਾ ਲੋਕ
ਸਿਸਟਮ ਹੈ ਸਾਰੇ ਗਾਈਜ, ਇਸ ਨਾਲ ਲੋਕ ਖੁੱਲ ਜਾਂਦੇ, ਇਸ ਨਾਲ ਲੱਗ ਜਾਂਦੇ ਲੋਕਾਂ ਕੇ ਲਓ ਜੀ ਗਾਈ ਸਫਾਈ ਆਪਾਂ ਕਰਤੀ ਹੈ, ਸਕੂਟਰੀ ਹੁਣ ਚਮਕ ਗਈ ਹੈ, ਤੁਹਾਨੂੰ ਵਿਖਾਉਂਦੇ ਹਾਂ ਦੇਖਿਓ ਕਿੱਦਾਂ ਦੀ ਹੈ। ਆਪਾਂ ਤਿਆਰ ਹੋ ਗਏ ਹਾਂ, ਤੁਸੀਂ ਕਹੋਗੇ ਵੀ ਤਿਆਰ ਹੋ ਕੇ ਕਿੱਦਾਂ ਲੋਕ ਤਿਆਰ ਹੋ ਕੇ ਅੱਜ ਹੁਣ ਆਪਾਂ ਲੈ ਕੇ ਚੱਲੇ ਹਾਂ ਤੁਹਾਨੂੰ ਜੈਪੁਰ। ਜੈਪੁਰ ਇੱਦਾਂ ਵੀ ਆਪਾਂ ਪਹਿਲਾਂ ਜੈਪੁਰ ਡਿਊਟੀ ਕਰਦੇ ਸੀ ਨਾ, ਉੱਥੋਂ ਜਿਹੜੇ ਆਪਣੇ ਸਿੰਘ ਸਾਡੇ ਵੀ ਉੱਥੇ ਡਿਊਟੀ ਕਰੀ ਜਾਂਦੇ ਅਤੇ ਉਹਨਾਂ ਨੇ ਪ੍ਰੋਗਰਾਮ 'ਤੇ ਸੱਦਿਆ, ਅਚਾਨਕ ਹੀ ਫੋਨ ਆ ਗਿਆ ਵੀ ਅਸੀਂ ਸਵੇਰ ਦਾ ਫੋਨ ਆ ਰਿਹਾ। ਮੈਂ ਉਹਨਾਂ ਨੂੰ ਮਨਾ ਕਰ ਰਿਹਾ ਸੀ, ਮੈਂ ਕਿਹਾ ਵੀ ਇੰਨੀ ਦੂਰ ਪੜਤਾ ਨਹੀਂ ਖਾਣਾ ਕਿਉਂਕਿ ਕਿਰਾਇਆ ਵਗੈਰਾ ਲੱਗ ਜਾਂਦਾ। ਕਹਿੰਦੇ ਨਹੀਂ ਨਹੀਂ ਆ ਜਾ ਤੂੰ, ਕੁਛ ਨਹੀਂ ਹੁੰਦਾ, ਪੇਟਾ ਦੇ ਦਾਂਗੇ, ਤੁਹਾਨੂੰ ਪਤਾ ਵੀ ਹੁਣ ਜ਼ਿਆਦਾ ਕਹਿਣ ਲੱਗ ਗਏ ਫਿਰ ਜਾਣਾ। ਟਾਈਮ ਹੋ ਗਿਆ ਜੀ 5:30 ਦਾ, ਇੱਥੋਂ 6 ਵਜੇ ਦੀ ਬੱਸ ਹੈ ਰਾਵਲੇ ਤੱਕ, ਰਾਵਲੇ ਤੋਂ ਫਿਰ ਬੀਕਾਨੇਰ ਤੱਕ ਬੱਸ ਹੈ 7 ਵਜੇ ਤੱਕ, 7 ਵਜੇ ਤੋਂ ਫਿਰ ਬੀਕਾਨੇਰ ਤੋਂ ਅੱਗੇ ਟ੍ਰੇਨ ਹੈ 11:30 ਤੋਂ, ਟ੍ਰੇਨ 'ਤੇ ਫਿਰ ਆਪਾਂ ਜਾਵਾਂਗੇ। ਆਪਾਂ ਰੈਡੀ ਹਾਂ, ਲੋਅਰ ਟੀ ਸ਼ਰਟ, 6 ਵਜੇ ਵਾਲੀ ਬੱਸ 'ਤੇ ਜਾਵਾਂਗੇ 6 ਵਜੇ 'ਤੇ, ਕਿਉਂਕਿ ਉਸ ਤੋਂ ਬਾਅਦ ਫਿਰ 7 ਵਜੇ ਬੱਸ ਤਾਂ 6:30 ਵੀ ਹੈ, 6:30 ਕਈ ਵਾਰ ਫਿਰ ਲੇਟ ਕਰਾ ਲੇਟ ਨਾ ਹੋ ਜਾਈਏ, ਇਸ ਕਰਕੇ ਵੀ ਚੱਲਾਂਗੇ ਸਵੇਰੇ ਸੁਖ ਨਹੀਂ ਸਰ ਬਾਹਰ। ਅਤੇ ਪਰਸੋਂ ਨਹੀਂ ਤਾਂ ਚੌਥੇ ਫਿਰ ਅਗਲੇ ਦਿਨ ਆਨੰਦ ਕਾਰਜ ਹੈ, ਅਤੇ ਤੁਹਾਨੂੰ ਜਾ ਕੇ ਦਿਖਾਉਂਦੇ ਹਾਂ ਕਿੱਦਾਂ ਦਾ ਉੱਥੇ ਆਪਣਾ ਰਹਿਣ ਸਹਿਣ ਸੀਗਾ, ਕਿਵੇਂ ਕਿਹੜੇ ਆਪਾਂ ਨੂੰ ਕਮਰੇ ਵਗੈਰਾ ਮਿਲੇ ਹੋਏ ਸੀ ਜਦੋਂ ਪਹਿਲੇ ਆਪਣੇ ਵਲੋਗ ਦੇ ਨਾਲ ਨਾਲ ਬਣੇ ਰਹੋ ਆਪਣੇ ਦੋ 3 ਦਿਨ ਰਹਾਂਗੇ ਉੱਥੇ, ਹੋ ਸਕਿਆ ਤਾਂ ਆਪਾਂ ਜ਼ਰੂਰ ਤੁਹਾਨੂੰ ਦਿਖਾਵਾਂਗੇ ਜਿੰਨਾ ਕੁ ਹੋ ਸਕਦਾ, ਬਣੇ ਰਹੋ ਆਪਣੇ ਵਲੋਗ ਦੇ। ਲਓ ਜੀ ਗਾਈਜ ਆਪਾਂ ਤਿਆਰ ਹਾਂ, ਰੈਡੀ ਹਾਂ, ਬਾਕੀ ਮੰਮੀ ਔਰ ਵੇਖੋ ਇੱਧਰ ਮਿਹਨਤਾਂ ਪੂਰੀਆਂ। ਜਵਾਰ ਹੈ ਕਿ ਬਾਜਰੀ? ਬਾਜਰੀ ਲਓ ਜੀ, ਬਾਜਰੀ ਲਾਤੀ ਲੈਣ ਵਾਲੀ। ਲਓ ਜੀ ਪਾਣੀ ਵੀ ਲਾਤਾ ਨਾਲ ਦੀ ਨਾਲ ਹੀ। ਕਿੰਨੇ ਸਾਲ? ਸਾਲ ਇੱਕ ਸਾਲ ਹੈ, ਸਾਲ ਤਾਂ ਬਹੁਤ ਹੁੰਦਾ, ਚਲੋ ਵਧੀਆ। ਅਤੇ ਬਸ ਆ ਤਿਆਰ ਹੀ ਹੈ, ਬਸ 6 ਵਜੇ ਆਉਣੀ ਆਪਾਂ, ਚੱਲਦੇ ਹਾਂ ਲੈ ਕੇ ਤੁਹਾਨੂੰ ਜੈਪੁਰ। ਜੈਪੁਰ ਸਿਟੀ, ਪੁਰਾਣਾ ਅੱਡਾ ਆਪਣਾ। ਮੌਸਮ ਬਹੁਤ ਸਾਫ਼ ਹੈ, ਘੈਂਟ ਲੱਗ ਰਿਹਾ ਮੌਸਮ ਪੂਰਾ, ਨੇਮ ਬਹੁਤ ਸੋਹਣੀ ਹੋ ਗਈ, ਨਜ਼ਰ ਨਾ ਲਾ ਦੀ। ਚੰਗਾ ਬਾਈ, ਓਕੇ ਬਾਈ, ਮਿਲਦੇ ਹਾਂ ਕੱਲ ਪਰਸੋਂ ਚੌਥੇ, ਸ਼ਾਇਦ ਮੈਂ ਚੌਥੇ ਉੱਥੋਂ ਚੜ੍ਹ ਪਵਾਂਗਾ, 5ਵੇਂ ਮਿਲ ਜਾਂਦਾ। ਕਿੰਨੀ ਤਰੀਕ ਨੂੰ? 28 ਤਰੀਕ ਨੂੰ, 1828 ਨਹੀਂ ਹੈ 18। ਲਓ ਜੀ ਇੱਧਰ ਸਬਜ਼ੀ ਦੀ ਤਿਆਰੀ ਹੋ ਰਹੀ ਹੈ, ਚਲੀਏ ਬਈ, ਆਪਣਾ ਬੈਗ ਤਿਆਰ ਹੈ। ਭਾਈ ਜੀ ਆਪਾਂ ਆ ਗਏ ਬਾਜ਼ਾਰ ਅਤੇ ਜਲਦੀ ਆ ਗਏ, ਬੱਸ ਨੇ 8-10 ਮਿੰਟਾਂ 'ਚ ਲਾਤਾ ਅਤੇ ਟਾਈਮ ਬਹੁਤ ਪਿਆ ਜੇ ਬੱਸ ਦਾ, ਅਤੇ ਚਲਦੇ ਹਾਂ ਬਾਜ਼ਾਰ ਵੀ ਨਹੀਂ, ਦੇਖਦੇ ਹਾਂ ਗੁਰਦੁਆਰੇ ਜਾਂਦੇ ਹਾਂ ਜਾਂ ਉੱਦਾਂ, ਅਤੇ ਫਿਰ 7 ਵਜੇ ਬੱਸ ਹੈ ਅਤੇ ਬੱਸ ਚੱਲੂਗੀ ਉਹ ਪੈਟਰੋਲ ਪੰਪ ਤੋਂ। ਲਓ ਜੀ ਬੱਸ ਆ ਗਈ ਹੈ, ਆਹ ਖੜ੍ਹੀ ਹੈ ਜਿਹੜੀ ਰਾਠੋੜ ਵਾਲੀ ਬੱਸ, ਇਹ ਜਾਊਗੀ ਜੈਪੁਰ, ਇਹਦਾ ਚੱਲਣ ਦਾ ਟਾਈਮ ਹੈ 7 ਵਜੇ। ਲਓ ਜੀ ਗਾਈਜ਼ ਬੱਸ ਤਿਆਰ ਹੈ, ਸਟਾਰਟ ਵੀ ਖੜ੍ਹੀ ਹੈ, ਹੁਣ ਆਪਾਂ ਚੱਲਦੇ ਹਾਂ ਅੰਦਰ, 7 ਮਿੰਟ ਰਹਿ ਗਏ ਚੱਲਣ ਦੇ। ਲਓ ਜੀ ਗਾਈ ਜੀ ਆਪਾਂ ਪਹੁੰਚ ਗਏ ਬੀਕਾਨੇਰ ਸਟੇਸ਼ਨ ਤੇ, ਤੇ ਹੁਣ ਚੱਲਦੇ ਆ ਆਪਾਂ ਟਿਕਟ ਲੈਣੇ ਆ, ਫਾਈਨਲ ਟਿਕਟ ਮਿਲ ਗਈ ਆ, ਟਿਕਟ ਲੈ ਆਂਦੀ ਆ। ਲਓ ਜੀ ਆਪਾਂ ਚੱਲਦੇ ਆ ਹੁਣ 1 ਨੰਬਰ ਤੇ, ਇਹ ਸੀਗਾ 6 ਨੰਬਰ, 1 ਨੰਬਰ ਤੇ ਚੱਲਦੇ ਆ। ਲਓ ਜੀ ਇੱਧਰ ਨੂੰ ਜਾਣਾ 1 ਨੰਬਰ ਤੇ,
ਹੁਣ ਜਾ ਕੇ ਆਪਾਂ ਛਕਦੇ ਹਾਂ ਇੱਥੇ ਬਹਿ ਕੇ ਪ੍ਰਸ਼ਾਦ। ਟ੍ਰੇਨ ਆਊਗੀ 11:20 'ਤੇ, 10 ਮਿੰਟ ਦਾ ਟਾਈਮ ਦਿੱਤਾ ਹੈ, ਬਾਕੀ 10 ਮਿੰਟ 'ਤੇ ਆਊਗੀ, 11:20 'ਤੇ ਚੱਲਣੀ ਹੈ, ਉਨੀ ਦੇਰ ਆਪਾਂ ਪ੍ਰਸ਼ਾਦਾ ਛਕ ਲੈਂਦੇ ਹਾਂ। ਲਓ ਜੀ ਟਾਈਮ ਹੋ ਗਿਆ 10:34, ਅਤੇ ਆਪਾਂ ਇੱਥੇ ਬਹਿ ਕੇ ਛਕਦੇ ਹਾਂ ਪ੍ਰਸ਼ਾਦਾ। ਲਓ ਜੀ ਆ ਜਾਓ ਗਾਈ, ਪ੍ਰਸ਼ਾਦਾ ਛਕ ਲਓ ਸਾਰੇ, ਮੈਂ ਵੀ ਛਕਦਾ ਪ੍ਰਸ਼ਾਦਾ, ਅਤੇ ਨਾਲ ਮੈਂ ਪਾਣੀ ਲਿਆਇਆ ਸੀ, ਹੁਣ ਇਹ ਨਹੀਂ ਪਤਾ ਸਬਜ਼ੀ ਕੀ ਹੈ, ਦੇਖਦੇ ਹਾਂ ਖੋਲ੍ਹ ਕੇ। ਪ੍ਰਸ਼ਾਦੇ ਵਿੱਚ ਹੈ ਜੀ ਅਚਾਰ, ਮਿਰਚਾਂ, ਛਕਦੇ ਹਾਂ ਪ੍ਰਸ਼ਾਦੇ, ਫਿਰ ਮਿਲਦੇ ਹਾਂ ਤੁਹਾਨੂੰ। ਪ੍ਰਸ਼ਾਦਾ ਛਕ ਲਿਆ, ਹੁਣ ਪਾਉਣੇ ਬੈਗ 'ਚ, ਹੱਥ ਧੋ ਕੇ ਫਿਰ ਆਪਾਂ ਟ੍ਰੇਨ ਦੀ ਉਡੀਕ ਕਰਦੇ ਹਾਂ। ਲਓ ਜੀ ਪ੍ਰਸ਼ਾਦਾ ਛਕ ਲਿਆ, ਹੱਥ ਧੋ ਲਿਆ, ਹੁਣ ਆਪਣਾ ਬੈਗ ਆ ਪਿਆ, ਟ੍ਰੇਨ ਦਾ ਕਹਿ ਤਾਂ ਰਹੇ ਆਹੀ ਆਪਣੀ ਟ੍ਰੇਨ ਹੈ 22982 ਗੰਗਾ ਨਗਰ ਕੋਟਾ ਵਾਲੇ, ਅਤੇ ਹੁਣ ਕਹਿ ਰਹੇ 11:00 ਪਹੁੰਚਣ ਦੀ ਸੰਭਾਵਨਾ, ਪਰ 11:00 ਘੱਟ ਵੱਧ ਹੀ ਆਉਂਦੀ ਹੁੰਦੀ, ਤਕਰੀਬਨ 11:10 'ਤੇ ਆਉਂਦੀ ਹੈ ਅਤੇ 20 ਮਿੰਟ 'ਤੇ 22 ਮਿੰਟ 'ਤੇ ਚੱਲਦੀ ਹੈ।